ਸਾਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਆ ਸਾਰੇ ਠੀਕ ਹੋਗੇ ਤੇ ਆਪਾਂ ਵੀ ਠੀਕ ਠਾਕ ਆ ਜਿੱਦਾਂ ਕਿ ਰਾਤੀ ਆ ਗਿਆ ਆਪਾਂ ਖੜ ਗਏ ਸੀ ਇੱਥੇ ਬਿਜਲੀ ਤੇ ਸੀਟਾਂ ਦੇ ਕੱਪੜੇ ਲੱਗੇ ਆ ਖੋਲ ਕੇ ਧੋਣ ਤੇ ਨਾਲੇ ਗੱਡੀ ਧੋਵਾਂਗੇ ਤੇ ਉਸ ਤੋਂ ਬਾਅਦ ਪਹਿਲੇ ਧੋਵਾਂਗੇ ਸੀਟਾਂ ਦੇ ਕੱਪੜੇ ते मैं बार मारा सैडा च पानी दोनों पास बाडी धोवा तो अज तरीक हो गई है 30 दिसंबर बारवा महीना तो गड्डी अपनी खाली होनी है अगले साल मतलब कि 1 तरीक न नवे साल वाले दिन नवे साल करके साफ सफाई कर लिए जिदन की गड्डी लगी आप सीटा के कपड़े एक बार ही गिरफ्त हो सीटा के कपड़े धुप तो जाएंगे नाले तो जी मैं एक पिछले ब्लॉग च वीडियो पाई हुई ही एक ड्राइवर भरा का एक्सीडेंट होया ही तो अपनी गड्डी के बेच नहीं गड्डी बजी कई बंदियां नूं ऐदा लगे होना कि भाई साडी गड्डी के बेच लगी आ अहीं सिर्फ बैल्ट पा के बाडी नूं अपनी टोचन पा के खिंचया ही बंदा तो बाइक दियां लत्तां लुत्तां टुट गईआं ही उवें बचा हो गया उहदा बई चलो अपने लत्तां ते जरूर उहदियां टुट गईआं चलो इन्ना कि अपने बच्चों के बच्चे अगला रहेगा जानी नुकसान नहीं होना चाहिए बंदे का तो चलो जान बच गई बड़ी वड्डी गल्ल ते अपना आराम नाल चलिया करो धुंद धुंद च नींद च नहीं होनी चाहिए गड्डी जल्दबाजी नहीं करनी चाहिए बंदे नूं हुंदा धुंद च भी कुछ नहीं है एक दूजे पिछे लग के भजना नहीं चाहिए बिना गल तो चलो जे कोई एमरजेंसी माल है जे एमरजेंसी कोई माल नहीं है तो अपना साइड ते लाओ तो सोचो कोई नाम नहीं दिंदा हुंदा बाद च लो भाई मिंटू धो रहा इतने सीटा के कपड़े तो देख लो सुकने पे हुए ने इधर आप पिछों पिछों बाडी धोनी शुरू करते हैं फोन रखते हैं अपना इतने साइड से
ਓਏ ਮਿੱਤਰੋ, ਗੱਡੀ ਆਪਣੀ ਹੋ ਗਈ ਪੂਰੀ ਚੰਗੀ ਤਰ੍ਹਾਂ ਸਾਫ਼। ਸੀਟਾਂ ਦੇ ਕੱਪੜੇ ਵੀ ਅੱਜ ਧੋਤੇ, ਮਿੱਟੀ ਹੋ ਗਈ ਇਹਦੇ 'ਚ ਬਿਲਕੁਲ ਖਤਮ, ਅਤੇ ਉੱਪਰ ਵਾਲੀਆਂ ਦਰੀਆਂ ਵੀ ਧੋਤੀਆਂ ਹੋਈਆਂ ਨੇ, ਉਹ ਦੇਖ ਲਓ, ਤੁਹਾਨੂੰ ਦੇਖ ਜਾਣੀਆਂ ਬਾਹਰ ਪਈਆਂ ਹੋਈਆਂ ਨੇ। ਬਾਹਰੋਂ ਗੱਡੀ ਵੀ ਸਾਰੀ ਧੋਤੀ, ਬਾਡੀ ਵੀ, ਡਾਲਾ ਵੀ, ਰਿਮ ਰੁਮ, ਮਤਲਬ ਸਾਰਾ ਕੁਛ ਦੇਖ ਲਓ, ਚਮਕਦੀ ਪਈ ਹੈ ਕਿ ਨਹੀਂ। ਅਤੇ ਨਾਲੇ ਆਪਣੀ ਵੀ ਸਰਵਿਸ ਸੁਰਵਿਸ ਕਰਕੇ ਹਟੇ ਹਾਂ ਨਹਾ ਧੋ ਕੇ। ਅਤੇ ਅੱਜ ਵਾਲਾ ਵਲੋਗ ਇੰਨਾ ਕੁ ਸੀ, ਅਤੇ ਹੁਣ ਕੋਸ਼ਿਸ਼ ਕਰਾਂ ਮੈਂ ਡੇਲੀ ਪਾਉਣ ਦੀ। ਹਫ਼ਤੇ ਦੇ ਵਿੱਚ 5 ਵਲੋਗ ਪੱਕਾ ਆਉਣਗੇ, ਅਤੇ 2 ਦਿਨ ਦੀ ਛੁੱਟੀ ਮਾਰਿਆ ਕਰਾਂਗੇ ਆਪਾਂ, 2 ਦਿਨ ਬਣਾ ਕੇ ਰੱਖਿਆ ਕਰਾਂਗੇ। ਤਾਂ ਹੀ ਰੂਟੀਨ ਜੀ 'ਚ 5 ਦਿਨ ਵਲੋਗ ਪੱਕਾ ਆਏਗਾ। ਅਤੇ ਜੇ ਇੱਥੇ ਤੱਕ ਕਿਸੇ ਵੀ ਬਾਈ ਨੂੰ ਵੀਡੀਓ ਵਧੀਆ ਲੱਗੀ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਬਾਅਦ ਮੈਨੂੰ ਲੱਗਦਾ ਚਮਕਦਾ, ਲਾਈਟਾਂ ਬੰਦ ਕਰਕੇ ਦੇਖਦੇ ਹਾਂ। ਚਮਕਦਾ ਲਾਈਟਾਂ ਜਗਾ ਦਿੰਦੇ ਆਪਾਂ ਸਾਰੀਆਂ। ਲਾਈਟਾਂ ਵਾਧੂ ਸਾਡੀ ਗੱਡੀ ਹੈ ਇਹਦੇ ਨਾਲ ਬਾਹਰ ਵਾਲੀ। ਅਤੇ ਜਿੱਥੇ ਤੱਕ ਕਿਸੇ ਬਾਈ ਨੂੰ ਵੀਡੀਓ ਵਧੀਆ ਲੱਗੀ ਹੈ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਮਿਲਦੇ ਹਾਂ ਅਗਲੀ ਵੀਡੀਓ 'ਚ। ਆਪਣਾ ਖਿਆਲ ਰੱਖੋ, ਆਪਣੇ ਪਰਿਵਾਰ ਦਾ ਖਿਆਲ ਰੱਖੋ, ਰੱਬ ਰਾਖਾ, ਸਤਿ ਸ਼੍ਰੀ ਅਕਾਲ, ਬਾਏ ਬਾਏ। ਅਤੇ ਜਿੱਦਾਂ ਕਿ 1 ਤਰੀਕ ਨੂੰ, 1 ਤਰੀਕ ਤੋਂ ਲੈ ਕੇ 2-3 ਤੱਕ ਹੜਤਾਲ ਹੋਣੀ ਆ, ਅਤੇ ਸਾਡੀ ਤਾਂ ਵੈਸੇ ਪਹਿਲੇ ਹੀ ਹੜਤਾਲ ਹੀ ਹੋ ਗਈ, ਕਿਉਂਕਿ ਵਪਾਰੀ ਨੇ ਮਨਾ ਕਰਤਾ ਸੀ। ਕੱਲ੍ਹ ਵੈਸੇ ਖਾਲੀ ਹੋਣੀ ਸੀ, ਅੱਜ ਵੀ ਅਸੀਂ ਖੜ੍ਹੇ ਰਹੇ ਹਾਂ, ਕੱਲ੍ਹ ਵੀ ਖੜ੍ਹੇ ਰਹੇ ਹਾਂ, ਅਤੇ ਹੁਣ ਕੱਲ੍ਹ ਵੀ ਸ਼ਾਇਦ ਖੜ੍ਹੇ ਹੀ ਰਹਾਂਗੇ। ਕੱਲ੍ਹ ਵੀ ਮੁਸ਼ਕਿਲ ਹੈ, ਗੱਡੀ ਖਾਲੀ ਨਹੀਂ ਆਏਗੀ। ਅਤੇ ਬਾਕੀ ਬਾਅਦ 'ਚ ਵੀ ਰੱਖਾਂਗੇ ਖੜ੍ਹੀ 3 ਦਿਨ ਵਾਸਤੇ, ਕਿਉਂਕਿ ਜੋ ਕੁਛ ਸਾਰਿਆਂ ਨਾਲ ਸਾਡੇ ਨਾਲ ਵੀ ਹੈ, ਕਿਉਂਕਿ ਐ ਤਾਂ ਹੈ ਨਹੀਂ ਬਈ। ਬਾਕੀ ਜਿੱਦਾਂ ਵੀ ਹੋਏਗਾ ਕਰਾਂਗੇ, ਅਤੇ ਜੇ ਜ਼ਿਆਦਾ ਦਿਨ ਵੀ ਖੜ੍ਹੀ ਕਰਨੀ ਪਏਗੀ, ਅੰਬਾਲੇ ਪਹੁੰਚ ਕੇ ਖੜ੍ਹੀ ਕਰਾਂਗੇ। ਰਸਤੇ 'ਚ ਤੁਹਾਨੂੰ ਪਤਾ ਔਖਾ, ਆਪਣੇ ਘਰ ਜਾ ਕੇ ਗੱਡੀ ਖੜ੍ਹੀ ਕਰ ਦਾਂਗੇ। ਜਿੰਨੇ ਦਿਨ ਸਾਰੇ ਖੜੀਆਂ ਕਰਨਗੇ, ਉਨੇ ਦਿਨ ਆਪਾਂ ਵੀ ਕਰ ਲਾਂਗੇ, ਕੋਈ ਚੱਕਰ ਵਾਲੀ ਗੱਲ ਨਹੀਂ ਆ। ਸਾਰੀ ਉਮਰ ਕੰਮ ਹੀ ਕਰਨਾ, 10 ਲੱਖ ਰੁਪਇਆ ਨਾ ਆਪਣੇ ਕੋਲ ਹੈ, ਨਾ ਹੀ ਦੇ ਸਕਦੇ ਹਾਂ, ਅਤੇ ਨਾ ਹੀ 10 ਸਾਲ ਦੀ ਸਜ਼ਾ ਭੁਗਤ ਸਕਦੇ ਹਾਂ। 10 ਸਾਲ ਦੀ ਸਜ਼ਾ ਭੁਗਤਣ ਨਾਲੋਂ ਚੰਗਾ ਤਾਂ ਬੰਦਾ ਫਾਂਸੀ ਲਾ ਦਿਓ ਟਰੱਕਾਂ ਵਾਲਿਆਂ ਨੂੰ, ਉਹ ਠੀਕ ਹੈ। ਅਤੇ ਮਿਲਦੇ ਹਾਂ ਅਗਲੇ ਵਲੋਗ 'ਚ। ਆਪਣਾ ਖਿਆਲ ਰੱਖੋ, ਆਪਣੇ ਪਰਿਵਾਰ ਦਾ ਖਿਆਲ ਰੱਖੋ, ਰੱਬ ਰਾਖਾ, ਸਤਿ ਸ਼੍ਰੀ ਅਕਾਲ, ਬਾਏ ਬਾਏ, ਗੁੱਡ ਨਾਈਟ।